ਸੋਸ਼ਲ ਮੀਡੀਆ ਤੇ ਅਦਾਕਾਰ ਪੁਨੀਰ ਈਸਰ ਦੀ ਇੱਕ ਵੀਡੀਓ ਬਹੁਤ ਵਾਇਰਲ ਹੈ ਜਿਸ ਵਿੱਚ ਉਹ ਸਿੱਖਾਂ ਨੂੰ Hindu ਕਹਿਣ ਤੋਂ ਗੁਰੇਜ਼ ਨਹੀਂ ਕਰਦਾ ਪੰਜ ਪਿਆਰਿਆਂ ਨੂੰ Hindu ਕਹਿਣਾ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਨਾਲ ਸ਼ਹੀਦ ਕੀਤੇ ਗਏ ਸਿੱਖਾਂ ਨੂੰ ਵੀ ਉਹ Hindu ਦੱਸਦਾ ਹੈ ਇੱਥੇ ਹੀ ਬਸ ਨਹੀਂ ਦਰਬਾਰ ਸਾਹਿਬ ਨੂੰ Hindu ਮੰਦਰ ਕਹਿਣਾ ਅਤੇ Hinduਵਾਂ ਨੇ ਸਿੱਖਾਂ ਲਈ ਬਹੁਤ ਕੁਰਬਾਨੀਆਂ ਕੀਤੀਆਂ ਇਸ ਦੀਆਂ ਇਹਨਾਂ ਗੱਲਾਂ ਵਿੱਚ ਕਿੰਨੀ ਕੁ ਸੱਚਾਈ ਹੈ ਗੁਰਬਾਣੀ ਤੇ ਇਤਿਹਾਸ ਦੀ ਰੋਸ਼ਨੀ ਵਿੱਚ ਜਾਣਨ ਦਾ ਯਤਨ ਕਰਦੇ ਹਾਂ ਇਸ ਦਾ ਸਭ ਤੋਂ ਪਹਿਲਾ ਸਿੱਖਾਂ ਨੂੰ Hindu ਕਹਿਣਾ ਲੱਗਦਾ ਹੈ ਇਸ ਨੂੰ ਇਹ ਯਾਦ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਬਚਪਨ ਵਿੱਚ ਜਦੋਂ ਜਨੇਊ ਪਾਉਣ ਦੀ ਰਸਮ ਕੀਤੀ ਜਾਣ ਲੱਗੀ ਤਾਂ ਗੁਰੂ ਜੀ ਨੇ ਜਨੇਊ ਪਾਉਣ ਤੋਂ ਹੀ ਸਾਫ਼ ਇਨਕਾਰ ਕਰ ਦਿੱਤਾ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਸਿੱਖ ਕੌਮ ਇੱਕ ਨਿਆਰੀ ਕੌਮ ਹੈ ਜਿਸ ਨੂੰ ਭਾਈ ਗੁਰਦਾਸ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਕਹਿ ਕੇ ਗਵਾਹੀ ਭਰੀ ਹੈ ਸਿੱਖ Hindu ਨਹੀਂ ਕਿਉਂਕਿ ਗੁਰਬਾਣੀ ਦਾ ਨਿਰਣਾ ਹੈ Hindu ਅੰਨਾ ਤੁਰਕ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਗੁਰਬਾਣੀ ਦਾ ਹੋਰ ਨਿਰਣਾ ਨਾ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪਰਾਨ ਪੁਨੀਤ ਇਸਰ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਪਿਆਰਿਆਂ ਨੂੰ ਹਿੰਦੂ ਕਹਿੰਦਾ ਹੈ ਪੰਜ ਪਿਆਰੇ ਜਿਨ੍ਹਾਂ ਦਾ ਸਬੰਧ ਪਹਿਲਾਂ ਵੱਖੋ ਵੱਖਰੀਆਂ ਜਾਤਾਂ ਨਾਲ ਸੀ ਪਰ ਜਦੋਂ 1799 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਤਾਂ ਨਾਮ ਨਾਲ ਸਿੰਘ ਜੁੜ ਗਿਆ ਫਿਰ ਉਹਨਾਂ ਦੀ ਕੋਈ ਜਾਤ ਨਹੀਂ ਰਹਿ ਗਈ ਅਦੇ ਸਿੱਖ ਧਰਮ ਜਾਤ ਪਾਤ ਨੂੰ ਨਹੀਂ ਮੰਨਦਾ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ जात जन्म ਨਾ ਪੋਚੀ ਐ ਸੱਚ ਕਰ ਲਹਿ ਬਿਤਾਏ ਸਾ ਜਾਤ ਸਾ ਪਾਤ ਜਿਹੇ ਕਰਮ ਕਮਾਏ ਪਰ ਹਿੰਦੂ ਧਰਮ ਵਿੱਚ ਅਤੇ ਜਾਤਾਂ ਦੇ ਆਧਾਰ ਤੇ ਵਰਣ ਵੰਡ ਕੀਤੀ ਗਈ ਹੈ ਊਚ ਨੀਚ ਦਾ ਫਰਕ ਰੱਖਿਆ ਗਿਆ ਹੈ ਪਰ ਸਿੱਖ ਧਰਮ ਵਿੱਚ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਣ ਕੋਂ ਸਾਂਝਾ ਵਾਲਾ ਸਿਧਾਂਤ ਹੈ ਸਿੱਖ ਖੰਡੇ ਬਾਟੇ ਦੀ ਪਹਲ ਲੈਂਦਾ ਹੈ ਅਤੇ ਪੰਜ ਕਕਾਰ ਕੇਸ ਕੰਗਾ ਕੜਾ ਕਿਰਪਾਨ ਕਛਹਿਰਾ ਧਾਰਨ ਕਰਦਾ ਹੈ ਇਹ ਚਿੰਨ ਹਿੰਦੂ ਧਰਮ ਨਾਲ ਮੇਲ ਨਹੀਂ ਖਾਂਦੇ ਫਿਰ ਸਿੱਖ ਹਿੰਦੂ ਕਿ ਹੋਏ ਹਿੰਦੂ ਬਣਾਉਣ ਲਈ ਵਾਲ ਕੱਟਨੇ ਪੈਣਗੇ ਸਿੱਖੀ ਦਾ ਰੂਪ ਹੀ ਪ੍ਰਮਾਤਮਾ ਨੇ ਬਖਸ਼ਿਆ ਹੈ ਨਾ ਕਿ ਕਿਸੇ ਦੇ ਬਣਾਉਣ ਨਾਲ ਸਿੱਖ ਬਣਦਾ ਹੈ ਫਿਰ ਸਿੱਖ ਹਿੰਦੂ ਕਿਵੇਂ ਹੋਏ ਪੁਨੀਤ ਈਸ਼ਰ ਵੀਡੀਓ ਵਿੱਚ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਵਖਰਾ ਗ੍ਰੰਥ ਦਸਮ ਗ੍ਰੰਥ ਲਿਖਿਆ ਇਹ ਮੂਰਖ ਇਸ ਗੱਲ ਨੂੰ ਨਹੀਂ ਜਾਣਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗੱਦੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਦਿੱਤੀ ਕਿਸੇ ਹੋਰ ਗ੍ਰੰਥ ਨੂੰ ਨਹੀਂ ਭਾਈ ਨੰਦ ਲਾਲ ਜੀ ਵੱਲੋਂ ਦਸ਼ਮੇਸ਼ ਪਿਤਾ ਦਾ ਹੁਕਮ ਕਿ ਮੇਰਾ ਰੂਪ ਗ੍ਰੰਥ ਜੀ ਜਾਣ ਇਨਮੈਂ ਭੇਦ ਨਹੀਂ ਕੁਛ ਮਾਣ ਵਿੱਚ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣ ਦਾ ਉਪਦੇਸ਼ ਹੈ ਸਿੱਖ ਕੇਵਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਉਪਾਸਕ ਹੈ ਕਿਸੇ ਹੋਰ ਗ੍ਰੰਥ ਜਾਂ ਦੇਵਤਾਰੀ ਦਾ ਨਹੀਂ ਸਿੱਖੀ ਦਾ ਮਾਰਗਦਰਸ਼ਨ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਕਰਦੇ ਹਨ ਫਿਰ ਪੁਨੀਤ ਈਸ਼ਰ ਕਹਿੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਲਦਾਨ ਕੇਵਲ ਹਿੰਦੂਆਂ ਲਈ ਸੀ ਪੁਨੀਤ ਸਾਹਿਬ ਗੁਰੂ ਤੇਗ ਬਹਾਦਰ ਜੀ ਨਾ ਤਿਲਕ ਲਗਾਉਂਦੇ ਸਨ ਤੇ ਨਾ ਹੀ ਜਨੇਊ ਪਾਉਂਦੇ ਸਨ ਪਰ ਗੁਰੂ ਤੇਗ ਬਹਾਦਰ ਜੀ ਦਾ ਬਲਦਾਨ ਔਰੰਗਜ਼ੇ ਦੁਆਰਾ ਕੀਤੇ ਜਾ ਰਹੇ ਜ਼ੁਲਮਾਂ ਦੇ ਖਿਲਾਫ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਲਦਾਨ ਕੇਵਲ ਹਿੰਦੂਆਂ ਲਈ ਨਹੀਂ ਸੀ ਸੰਸਾਰ ਵਿੱਚ ਹੋ ਰਹੇ ਅਤਿਆਚਾਰ ਨੂੰ ਰੋਕਣ ਲਈ ਗੁਰੂ ਜੀ ਨੇ ਆਪਣੀ ਸ਼ਹਾਦਤ ਦਿੱਤੀ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਦੀ ਸ਼ਹਾਦਤ ਜ਼ਬਰ ਤੇ ਜ਼ੁਲਮ ਦਾ ਨਾਸ਼ ਲਈ ਸੀ ਗੁਰੂ ਤੇਗ ਬਹਾਦਰ ਸਾਹਿਬ ਤੇ ਇਹ ਸਿੱਖ ਹਿੰਦੂ ਨਹੀਂ ਸੀ ਜਿਸ ਨਿਰਮਲ ਪੰਥ ਦੀ ਨਹੀਂ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਇਹ ਉਹ ਪੰਥ ਦੇ ਅੰਗ ਸਨ ਪੁਨੀਤ ਈਸ਼ਰ ਇਸ ਵੀਡੀਓ ਵਿੱਚ ਦਰਬਾਰ ਸਾਹਿਬ ਨੂੰ ਹਰਮੰਦਰ ਤੇ ਗੋਲਡਨ ਟੈਂਪਲ ਕਹਿੰਦਾ ਹੈ ਦਰਬਾਰ ਸਾਹਿਬ ਦਾ ਨਾਮ ਹਰਮੰਦਰ ਤੇ ਗੋਲਡਨ ਟੈਂਪਲ ਲੈਣਾ ਤ ਹੈ ਕਿਉਂਕਿ ਜਿਸ ਜਗ੍ਹਾ ਕੋਈ ਰਾਜਾ ਆਪਣਾ ਆਸਨ ਲਗਾ ਕੇ ਬੈਠਦਾ ਹੈ ਉਸ ਨੂੰ ਰਾਜਰਾ ਦਰਬਾਰ ਕਿਹਾ ਜਾਂਦਾ ਹੈ ਅਤੇ ਗੁਰੂ ਰਾਮਦਾਸ ਜੀ ਦੇ ਅੰਮ੍ਰਿਤਸਰ ਸ਼ਹਿਰ ਦੀ ਜ਼ਮੀਨ ਮੂਲ ਖਰੀਦੀ ਸੀ ਅਤੇ ਗੁਰੂ ਅਰਜਨ ਸਾਹਿਬ ਜੀ ਨੇ 1701 ਵਿੱਚ ਦਰਬਾਰ ਸਾਹਿਬ ਦੀ ਇਮਾਰਤ ਨੂੰ ਪੂਰਾ ਕੀਤਾ 1704 ਵਿੱਚ ਚਵਰ ਤਖਤ ਦੇ ਮਾਲਕ ਬਾਦਸ਼ਾਹਾਂ ਦੇ ਬਾਦਸ਼ਾਹ ਜੁਗੋ ਜੁਗੋ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਅਤੇ ਉਸ ਅਸਥਾਨ ਦਾ ਨਾਮ ਦਰਬਾਰ ਸਾਹਿਬ ਰੱਖਿਆ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਸੱਜਿਆ ਹੈ ਇਸ ਦਾ ਨਾਮ ਹਰਿਮੰਦਰ ਜਾਂ ਗੋਲਡਨ ਟੈਂਪਲ ਨਹੀਂ ਬਲਕਿ ਦਰਬਾਰ ਸਾਹਿਬ ਹੈ। ਅਤ ਮੂਰਖਾਂ ਦੀ ਗੱਲ ਕਰਦੇ ਹਾਂ ਪੁਨੀਤ ਈਸ਼ਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ Hindu ਕਹਿੰਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਤੁਸੀਂ ਪੁਨੀਤ ਈਸ਼ਰ ਜੀ Hindu ਕਹਿ ਕੇ ਸੰਬੋਧਨ ਕਰਦੇ ਹੋ ਜਦੋਂ ਉਹ Hindu ਸੀ ਲਖਮਣ ਦਾਸ ਤੋਂ ਮਾਦੋ ਦਾਸ ਬੇਰਾਗੀ ਬਣੇ ਪਰ ਜਦੋਂ ਗੁਰੂ ਕਲਗੀਦਰ ਜੀ ਪਾਸੋਂ ਖੰਡੇ ਬਾਟੇ ਦੀ ਪਹਲ ਲਈ ਉਸ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਰੱਖ ਦਿੱਤਾ ਗਿਆ ਫਿਰ ਉਹ Hindu ਕਿਸ ਤਰ੍ਹਾਂ ਹੋਏ? ਜਿਸ ਤਰ੍ਹਾਂ ਦੁੱਧ ਵਿੱਚੋਂ ਮੱਖਣ ਬਣਾ ਲਿਆ ਜਾਵੇ ਫਿਰ ਉਸ ਨੂੰ ਦੁੱਧ ਵਿੱਚ ਬਦਲਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਤੇ ਅਮਰਦੀ ਦਾਤ ਪ੍ਰਾਪਤ ਕਰ ਲਈ ਸੀ ਫਿਰ ਉਹ ਕਿਵੇਂ Hindu ਹੋਏ ਪਨੀਰਜੀਤ ਤੁਸੀਂ ਕਹਿ ਰਹੇ ਹੋ ਕਿ Hindu ਆਨੇ ਬਹੁਤ ਕੁਰਬਾਨੀਆਂ ਦਿੱਤੀਆਂ ਸਿੱਖ ਗੁਰੂ ਸਾਹਿਬ ਅਤੇ ਸਿੱਖਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਤੁਸੀਂ Hinduਾਂ ਦੀਆਂ ਕੁਰਬਾਨੀਆਂ ਹੀ ਗੜਾਈ ਜਾਂਦੇ ਹੋ ਜਦੋਂ ਅਹਿਮਦ ਸ਼ਾਹ ਅਬਦਾਲੀ ਮੁਹੰਮਦ ਤੁਗਲਕ ਗਜਨਵੀ ਵਰਗਿਆਂ ਨੇ Hindu ਮੰਦਰਾਂ ਨੂੰ ਢਾਇਆ ਮੰਦਰਾਂ ਦੀਆਂ ਇਮਾਰਤਾਂ ਨੂੰ ਮਲਿਆ ਮੇਟ ਕੀਤਾ ਉਸ ਸਮੇਂ ਤੇ ਕੋਈ ਰਾਜਪੂਤ ਮਰਾਠਾ ਜਾਂ Hindu ਰਾਜਾ ਮੁਗਲਾਂ ਦੇ ਟਾਕਰੇ ਲਈ ਅੱਗੇ ਨਹੀਂ ਆਇਆ ਕਿ ਉਸ ਸਮੇਂ ਕੁਰਬਾਨੀ ਦੇਣ ਵਾਲਾ ਕੋਈ Hindu ਨਹੀਂ ਜੋ ਇਹ ਸਭ ਕੁਝ ਹੋਣ ਤੋਂ ਰੋਕ ਸਕਦਾ ਪੁਨੀਤ ਈਸ਼ਰ ਜੀ ਤੁਹਾਡੀਆਂ ਇਹ ਬੇਤੁਕੀਆਂ ਗੱਲਾਂ ਸੰਸਾਰ ਵਿੱਚ ਵਿਵਾਦ ਪੈਦਾ ਕਰ ਸਕਦੀਆਂ ਹਨ ਸਿੱਖ ਇਤਿਹਾਸ ਨੂੰ ਗਲਤ ਤਰੀਕੇ ਨਾਲ ਬਿਆਨਬਾਜ਼ੀ ਕਰਨ ਵਾਲੇ ਦੇ ਖਿਲਾਫ ਸਿੱਖ ਸੰਸਥਾਵਾਂ ਐਸਜੀਪੀਸੀ ਅਤੇ ਡੀਐਸਜੀਐਮਸੀ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਅੱਗੋਂ ਤੋਂ ਕੋਈ ਇਹੋ ਜਿਹੀ ਬਿਆਨਬਾਜ਼ੀ ਸਿੱਖ ਇਤਿਹਾਸ ਅਤੇ ਗੁਰਬਾਣੀ ਦੇ ਪ੍ਰਤੀ ਨਾ ਕਰ ਸਕੇ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ